ਹੈਲੋ ਫਰੈਂਡ, ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਆਪਣੇ ਘਰ ਵਿੱਚ ਤੰਦਰੁਸਤ ਹੋਵੋਗੇ। ਦੇਖੋ ਜੀ, ਆਪਣੇ ਦਰੱਖਤ ਲੱਗੇ ਹੋਏ ਆ ਜੀ, ਅਤੇ ਮੌਸਮ ਵੀ ਅੱਜ ਠੀਕ ਠਾਕ ਆ ਜੀ। ਦੇਖ ਸਕਦੇ ਹੋ ਜੀ, ਬੱਦਲ ਹੋਏ ਹੋਏ ਆ ਜੀ, ਅਤੇ ਆਪਣਾ ਬਾਹਰਲਾ ਦਰੱਖਤ ਆ ਗਿਆ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੇਖੋ ਜੀ, ਸਾਰੇ ਪਾਸੇ ਹਰਿਆਲੀ। ਆਪਾਂ ਇਹਦੀ ਫੋਟੋ ਪਾਵਾਂਗੇ ਕਮਿਊਨਿਟੀ 'ਤੇ, ਲਾਲ ਫੁੱਲ ਲੱਗਦੇ ਨੂੰ। ਦੇਖੋ ਜੀ, ਇੱਥੇ ਚੜ੍ਹ ਚੜ੍ਹ ਕੇ ਵੀਡੀਓ ਬਣਾਉਂਦੇ ਜੀ। ਦੇਖੋ ਕੰਧ ਕੁੰਧ 'ਤੇ ਕੁਛ ਅੱਛਰ ਦੇਖ ਸਕਦੇ ਜੀ, ਜਾਨਵਰ ਫਿਰ ਰਹੇ ਨੇ। ਅਸੀਂ ਜਾ ਰਹੇ ਹਾਂ ਥੱਲੇ, ਕੱਪੜੇ ਪਾਏ ਨਹੀਂ ਹੋਏ, ਗਰਮੀ ਪਈ ਆ। ਕੋਈ ਬਹੁਤ ਦਿਨਾਂ ਬਾਅਦ ਤੁਹਾਨੂੰ ਇਹਦੇ ਦਰਸ਼ਨ ਕਰਾਉਣੇ ਆ। ਦੇਖੋ ਜੀ ਕਿੰਨਾ ਵਧੀਆ ਹਰਿਆਲੀ 'ਚ ਹੋ ਗਿਆ ਇਹ। ਸੂਰਜ ਦੇਵਤਾ ਦਰਸ਼ਨ ਕਰਾਈਏ। ਲਓ ਜੀ, ਸੂਰਜ ਦੇਵਤਾ ਜੀ, ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਹੋ? ਘਰ ਸਾਰੇ ਠੀਕ ਆ? ਅੱਜ ਤਪਸ ਬੜੀ ਕਰੀ ਆ ਤੁਸੀਂ, ਧੰਨਵਾਦ ਜੀ। ਸੌਂ ਬਹੁਤ ਆ ਜੀ, ਉਹਦੇ ਅੱਜ ਮੌਸਮ ਬੜਾ ਬੇਈਮਾਨ ਹੈ, ਅੱਜ ਮੌਸਮ। ਕੱਲ੍ਹ ਮੋਰਨਿੰਗ 'ਚ ਵੀਡੀਓ ਪਾਈ ਸੀ, ਬਹੁਤ ਹਨੇਰੀ ਚੱਲ ਰਹੀ ਸੀ, ਤੂਫਾਨ ਸੀਗਾ ਪੂਰਾ ਤੇਜ਼। ਬਹੁਤ ਲੋਕਾਂ ਨੇ ਪਸੰਦ ਕਰੀ ਆ, ਧੰਨਵਾਦ ਉਹਨਾਂ ਦਾ। ਹੋਰ ਤੇ ਕਮੈਂਟ ਕਰਕੇ ਕਹਿੰਦੇ ਜੀ ਸਪੋਰਟ ਕਰਦੇ ਆ, ਉਹਨਾਂ ਦਾ ਵੀ ਧੰਨਵਾਦ। ਦੇਖੋ ਜੀ, ਦਰੱਖਤ ਦਾ ਪੂਰਾ ਘੈਂਟ ਬਣਿਆ ਪਿਆ। ਹੋਰ ਦੱਸੋ ਜੀ, ਬੇਬੇ ਬੈਠੀ ਹੋ ਉੱਥੇ? ਦੇਖੋ ਜੀ, ਬਾਹਰਲੇ ਦਰਖਤ ਵੀ ਆਉਂਦੀ ਆ। ਦੇਖੋ ਨਹੀਂ ਆ ਰਹੇ, ਹਵਾ ਲਓ। ਨੰਦ ਮੰਗਲ ਜਾਨਵਰ ਅੱਜ ਬੋਲਦੇ ਨਹੀਂ ਹੈਗੇ, ਜਾਨਵਰ ਪਤਾ ਨਹੀਂ ਕਿੱਦਾਂ ਚਲੇ ਗਏ।
ਕੱਲ੍ਹ ਤਾਂ ਟਟੀਰੀ ਨੇ ਵੀ ਗਾਹ ਪਾ ਰੱਖਿਆ ਸੀ, ਅੱਜ ਤਾਂ ਟਟੀਰੀ ਵੀ ਨਹੀਂ ਲੱਭਦੀ, ਪਤਾ ਨਹੀਂ ਕਿੱਧਰ ਗਈ। ਆਹ ਪਤਾ ਨਹੀਂ ਕਿਹੜੀ ਬੋਲਦੀ ਆ, ਬੁਲ 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 ਕੁਲ 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 ਕੁਲ। ਠੀਕ ਆ ਜੀ, 5 ਮਿੰਟ ਦਾ ਕਰ ਦਾਂਗੇ। ਟੇ ਬਾਹਰ ਕੋਈ ਆ ਗਿਆ ਹੈ, ਉਹ ਇਮਲੀ ਛੁੱਟੀ ਹੈ ਅਤੇ ਇਮਲੀ ਉੱਗ ਖੜੀ ਹੈ ਨਾ, ਇਮਲੀ ਉੱਗ ਖੜੀ, ਇਮਲੀ ਦੇ ਬੂਟੇ ਉੱਗ ਖੜੀ। ਹੈਲੋ ਫਰੈਂਡ, ਦੇਖ ਸਕਦੇ ਹੋ ਤੁਸੀਂ ਪੰਛੀ ਕਿੰਨੇ ਵਧੀਆ ਬੈਠੇ ਆ। ਦੇਖੋ ਜੀ ਮੌਸਮ ਵੀ ਬੱਦਲ ਵਾਈਦਾ ਹੋਇਆ, ਸੂਰਜ ਦੇਵਤਾ ਹੁਣ ਧੁੰਦਲੇ ਧੁੰਦਲੇ ਦਿਖ ਰਹੇ ਨੇ ਅਤੇ ਬੱਦਲ ਹੋਇਆ ਹੈ ਹਲਕਾ ਹਲਕਾ, ਦੇਖ ਸਕਦੇ ਹੋ ਤੁਸੀਂ। ਦਰਖਤ ਨਹੀਂ ਹਿੱਲ ਰਹੇ, ਘੱਟ ਹਿੱਲਦੇ ਆ, ਹਿੱਲਦੇ ਤਾਂ ਹੈਗੇ ਆ, ਐਵੇਂ ਵੀ ਨਹੀਂ ਕਹਿ ਸਕਦੇ ਜਮ੍ਹਾਂ ਨਹੀਂ ਹਿੱਲਦੇ, ਪਰ ਹਿੱਲਦੇ ਆ, ਦੇਖ ਸਕਦੇ ਹੋ। ਦੇਵਤਾ ਜੀ ਅੱਜ ਥੋੜ੍ਹੇ ਠੰਡੇ ਠੰਡਾ ਮੌਸਮ ਆ, ਬਾਕੀ ਦੇਖੀ ਜਾਓ ਜਾਨਵਰ ਬੈਠੇ ਆ ਸਾਹਮਣੇ, ਦੇਖੋ ਕਿੰਨੇ ਜਾਨਵਰ ਬੈਠੇ ਆ। ਗਰਮੀ ਕਰਕੇ ਵੀ ਘੁੰਮਦੇ ਰਹਿੰਦੇ ਆ ਥੋੜ੍ਹਾ ਬਹੁਤ ਇੱਧਰ ਉੱਧਰ, ਕਦੇ ਵੀ ਕਿੱਥੇ ਜਾਣ, ਗਰਮੀ ਬਹੁਤ। ਪਾਣੀ ਪੂਣੀ ਰੱਖਿਆ ਕਰੋ ਇਹਨਾਂ ਨੂੰ, ਦਾਣੇ ਪਾ ਕੇ ਰੱਖਿਆ ਕਰੋ। ਹੋਰ ਸੁਣਾਓ ਜੀ, ਠੀਕ ਠਾਕ? ਇਹਦੇ ਵਿੱਚ ਯਾਰ ਆ ਪੱਤੇ ਸੁੱਕ ਗਏ ਵਿੱਚ ਵਿੱਚ, ਕੀ ਕਰੀਏ? ਚੱਲ ਕੋਈ ਨਾ, ਤਾਂ ਸੁੱਕਣੇ ਨਮੋਲੀਆਂ ਲੱਗ ਗਏ ਇਹਨੂੰ, ਅੱਗੇ ਨਮੋਲੀਆਂ ਨਾਲ ਖੇਡ ਦਿੰਦੇ ਸੀ, ਵੱਡੀਆਂ ਬੜੀਆਂ ਨਮੋਲੀਆਂ ਦੀਆਂ ਜੇਬਾਂ ਭਰ ਕੇ ਇੱਕ ਦੂਜੇ ਦੇ ਮਰੀ ਨੇ, ਇੱਕ ਤਾਂ ਤੀਲ ਦੇ ਉੱਤੇ ਪਾ ਕੇ ਨਮੋਲੀ ਦੂਰ ਤੱਕ ਜਾਂਦੀ ਸੀਗੀ।
ਸਟੀਲ ਉੱਤੇ ਨਮੋਲੀ ਪਾ ਲਓ ਅਤੇ ਉਹਨੂੰ ਪਿੱਛੋਂ ਫਿੱਟ ਕਰੋ, ਬਹੁਤ ਦੂਰ ਤੱਕ ਜਾਂਦੇ ਜੀ। ਨਮੋਲੀਆਂ ਅੱਗੇ ਬੋਤਲਾਂ ਭਰ ਕੇ ਰੱਖ ਦਿੰਦੇ ਜੀ, ਉਹ 6-7 ਦਿਨਾਂ ਬਾਅਦ ਗਲ ਜਾਂਦੀਆਂ ਜੀ, ਨਮੋਲੀਆਂ ਖਰਾਬ ਹੋ ਜਾਂਦੀਆਂ ਸੀਗੀਆਂ। ਬਹੁਤ ਹੀ ਵਧੀਆ ਦਿਨ ਸੀਗੇ ਉਹ ਵੀ, ਪੁਰਾਣੇ ਖੇਡਦੇ ਹੁੰਦੇ ਸੀਗੇ ਜਦੋਂ ਨਮੋਲੀਆਂ, ਡੰਡਾ ਕੜੁੱਕ, ਬਾਂਦਰ ਕੀਲਾ, ਬਾਂਟੇ, ਆਪਣੇ ਛੁੱਪਣ ਛੁਪਾਈ, ਖੋ ਖੋ, ਹਾਕੀ, ਹਾਕੀ ਹਾਕੀ ਵੀ ਦੇਸੀ ਬਣਾ ਦੇਣੀ, ਟਾਹਣੇ ਤੋੜ ਕੇ ਹਾਕੀ ਬਣਾ ਦੇਣੀ, ਜਿਹੜੀ ਕੋਕ ਵਾਲੀ ਬੋਤਲ ਹੁੰਦੀ ਸੀ ਉਹਦੇ ਨਾਲ ਕੋਕ ਆ ਗਈ ਬੋਤਲ ਹੀ ਕੁੱਟੀ ਜਾਣ ਦਿੰਦੇ ਸੀ, ਚੱਕ ਵੀ ਚੱਕ। ਅੱਗੇ ਫੌਜੀ ਫੌਜੀ ਬਹੁਤ ਖੇਡ ਦਿੰਦੇ ਸੀ, ਟਾਹਣੀਆਂ ਤੋੜ ਲੈਣੀਆਂ ਇੱਕ ਦੂਜੇ ਕੰਨੀ, ਨਮੋਲੀਆਂ ਮਰ ਜਾਂਦੇ, ਹਾਂ ਵੀ ਫੌਜੀ ਆ ਗਏ ਫੌਜੀ ਆ ਗਏ। ਬਹੁਤ ਵਧੀਆ ਜਾਣੀ ਸੀ ਖੇਡ ਦਿੰਦੇ ਸੀ, ਹੁਣ ਤਾਂ ਕੋਈ ਹੈ ਨਹੀਂ ਖੇਡਣ ਵਾਲਾ, ਹੁਣ ਗੇਮਾਂ ਆ ਗਈਆਂ ਫੋਨਾਂ ਵਿੱਚ, ਪਲੇ ਸਟੋਰ 'ਤੇ ਹਰ ਰੋਜ਼ ਨਵੀਂ ਗੇਮ ਆਉਂਦੀ ਆ, ਬੱਚੇ ਜ਼ਿਆਦਾ ਡਾਊਨਲੋਡ ਕਰਕੇ ਗੇਮਾਂ ਹੀ ਖੇਡਦੇ ਆ। ਦੂਜੇ ਪਾਸੇ ਤਾਂ ਕੋਈ ਜਾਂਦਾ ਨਹੀਂ, ਕਿਸੇ ਨੂੰ ਪਤਾ ਹੋਊ ਇਹਨਾਂ ਖੇਡਾਂ ਬਾਰੇ, ਚਲੋ ਵਧੀਆ, ਜਿਨ੍ਹਾਂ ਨੂੰ ਪਤਾ ਧੰਨਵਾਦ ਉਹਨਾਂ ਦਾ, ਦੇਖ ਵਧੀਆ ਯਾਦ ਆ ਉਹਨਾਂ ਨੂੰ ਆਪਣਾ ਵਿਰਸਾ। ਬਾਕੀ ਹਿੰਦੀ ਵੀ ਬੋਲੋ ਲੇਕਿਨ ਪੰਜਾਬੀ ਨੂੰ ਵੀ ਨਾ ਭੁੱਲੋ, ਆਪਣੀ ਮਾਤਰ ਭਾਸ਼ਾ ਪੰਜਾਬੀ ਹੈ, ਸਾਰੇ ਪੰਜਾਬੀ ਬੋਲਿਆ ਕਰੋ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ, ਵੀਡੀਓ ਦੇਖਣ ਲਈ ਬਹੁਤ ਬਹੁਤ ਸਪੋਰਟ ਕਰਦੇ ਰਿਹਾ ਕਰੋ, ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਸਬਸਕ੍ਰਾਈਬ ਕਰੋ ਜੀ। ਧੰਨਵਾਦ ਜੀ, ਬਹੁਤ ਬਹੁਤ ਵੀਡੀਓ ਦੇਖਣ ਲਈ ਬਹੁਤ ਬਹੁਤ।